ਕਾ ਲਿਖ ਆਦਿਏ ਲਿਖ ਤੂੰ ਮੁਲਕ ਅਦਨ ਦੀ ਵਸਦੀ ਏ ਬੀਬੀ ਤੇ ਤੇਰਾ ਆਦਲ ਪਿਓ ਮਸ਼ਹੂਰ ਏ ਹੋਏ ਵੀ ਸ਼ਾਮ ਦਿਨ ਜਸ ਫਿਜ਼ਾ ਜ਼ੈਨਬ ਰੱਖੀ ਖਾਲਕ ਇਸ ਤੋਂ ਦੂਰੇ ਆਦਿਏ ਤੂੰ ਮਾਲਕ ਜਦ ਲਾਸਨ ਵਾਲ
ਪਿਓ ਅਕਬਰ ਦਾ ਸਜਦੇ ਮੈਂ ਪਰ ਅੱਜ ਕੱਲ੍ਹ ਮੈਂ ਜ਼ਾਇਆ ਨਹੀਂ ਕੀਤਾ ਜਿਹੜੇ ਸਨੀਅਤ ਤੁਰ ਆਇਓ ਉਹਨਾਂ ਨੂੰ ਰੋਹ ਆਵੀ ਹੈ ਜਾਂਦੀ ਲਾਸ਼ ਅਤੇ ਸਕੀਆਂ ਭੈਣਾਂ ਨੂੰ ਰੋਣ ਤੇ ਨਹੀਂ ਜਿਹੜੇ ਨਿਮਾਜ਼ ਵਿੱਚ ਇੱਕ ਦਫ਼ਾ ਬਸ ਰੋ ਪੁੱਠਾ ਪਿਓ ਅਕਬਰ ਦਾ ਸਜਦੇ ਵਿੱਚ ਅਕਬਰ ਜੈ ਪੁੱਤਰ ਤੁਹਾਏ ਹਰ ਮੋਮਿਨ ਤੇ ਵਾਜਿਬ ਹੈ ਚਾਦਰ ਕੋਈ ਨਾਈ ਤੀਨ ਤੇ ਖਰਚਾ ਲੀ ਲੱਭੇ ਬਸੀਓ ਕੋ ਜਾਂਦਾ ਕਾਇਨਾਤ ਦੇ ਕੋ ਵੱਡੇ ਬੇਗੈਰਤ ਦਾ ਦਰਬਾਰ ਤੇ ਕਾਇਨਾਤ ਦੇ ਖੁੱਲੀ ਗੈਰਤ ਦੀ ਆਖਰੀ ਪੇਸ਼ੀ ਸ਼ੇਖੂਪੁਰੇ ਵਾਲਿਓ ਜਿਹੜੇ ਬੰਦੇ ਅਦਬ ਤੇ ਰੋ ਸਕਦੇ ਹੋ ਸੱਜਾਦ ਦੀ ਆਖਰੀ ਪੇਸ਼ੀ ਹਰਾਮੀ ਬੈਠਾ ਹੀ ਤਖ਼ਤ ਤੇ ਬਾਂਧੀ ਬਾਂਧੀ ਜਾ ਤਿਆ ਦੇ ਸੱਜਾਦ ਮੈਨੂੰ ਪਿਓ ਦੇ ਕਤਲ ਦੀ ਮਾਫ਼ੀ ਦੇ ਥੋੜ੍ਹਿਆਂ ਬੰਦੇ ਆਏ ਮੈਂ ਲਫ਼ਜ਼ ਆਖਿਆ ਤੇ ਬੰਦੇ ਚੁੱਪ ਕਰ ਗਏ ਮਾਫ਼ੀ ਦਾ ਨਾਮ ਆਏ ਸੱਜਾਦ ਮੂੰਹ ਦੇ ਬਾਹਰ ਮਿੱਟੀ ਦੇ ਨਾਲ ਨਾਲੋ ਤਾਂ ਗੱਲ ਹੀ ਨਹੀਂ ਸਮਝ ਕੇ ਉਹਦੇ ਜ਼ਿੰਦਗੀ ਦਾ ਰੋਮਣ ਮੌਜੂਦ ਹੈ ਯਜ਼ੀਦ ਆਦੇ ਮੈਂ ਮਾਫ਼ੀ ਮੰਗੀਏ ਤੇਰੀ ਰਾਤ ਕਿਉਂ ਵੱਧ ਪਈ ਏ ਓਏ ਸ਼ੀਆ ਤੇ ਆਏ ਨਾ ਕਰੇ ਹੋ ਨਹੀਂ ਸਕਦਾ ਆਦੇ ਮੈਂ ਮਾਫ਼ੀ ਮੰਗੀਏ ਤੇਰੀ ਰਾਤ ਵੱਧ ਪਈ ਏ ਸੈਯਦ ਆਦੇ ਮਾਫ਼ੀ ਮੰਗੇ ਮੈਂ ਤਾਂ ਮਾਲਕਾਂ ਤੋਂ ਮੰਗ ਯਜ਼ੀਦ ਆਦੇ ਤੂੰ ਮਾਲਿਕ ਨਹੀਂ ਹੁਣ ਸ਼ੀਆ ਹੋਵੇ ਤੇ ਆਏ ਨਾ ਕਰੇ ਹੋ ਨਹੀਂ ਸਕਦਾ ਆਦੇ ਮੈਂ ਮਾਲਿਕ ਨਹੀਂ ਹਰਾਮੀ ਆਦੇ ਕੌਣ ਮਾਲਿਕ ਏ ਰੱਤ ਲੋ ਕੇ ਆਦੇ ਨਾ ਹੋਆ ਪਹਿਲਾ ਮਾਲਿਕ ਅੱਲਾ ਹਾਂਜ ਤੇਰੇ ਵਸ ਚ ਨਹੀਂ ਆਏ ਤੇਰੇ ਵਸ ਚ ਆਏ ਕਰ ਛੋੜੇ ਹੌਲੇ ਹੌਲੇ ਆਦੇ ਹਰਾਮੀ ਨਾ ਰੋਆ ਚੌਥੀ ਉਹ ਜਿਹੜੀ ਫਿਰਾ ਦੇ ਸਾਂਗੇ ਕਹਿ ਵੇਲੇ ਕਹਿ ਬਾਲਾ ਸਦਕੇ ਬੜੀ ਰੂਹਾਨੀ ਹੈ ਤੇ ਮਜਲੇ ਸੱਚ ਇਹੋ ਕੁਝ ਦਿਲ ਲੱਗਦੀ ਹੈ ਗਰੀਬਾਂ ਦੇ ਸੱਜਾਦ ਮੈਂ ਤੇਰੀਆਂ ਕਹਿਣਾ ਰਿਹਾ ਕਰੇ ਨਾ ਬੜੇ ਇੱਜ਼ਤ ਵਾਲੇ ਜ਼ਾਕਿਰ ਉਹਨਾਂ ਦੀ ਮੌਜੂਦਗੀ ਹੈ ਇੱਕ ਲਫ਼ਜ਼ਾ ਦਾ ਉਹ ਵੀ ਦੁਆ ਕਰੇ ਤੇ ਤੁਸੀਂ ਦੁਆ ਕਰੇ ਆਦੇ ਮੈਂ ਤੇਰੀਆਂ ਕਹਿੰਦਾ ਰਿਹਾ ਕਰੇ ਨਾ ਤੂੰ ਵਤਨ ਵੱਲ ਵੰਨ ਤੁਸਾਂ ਚੁੱਪ ਕਰ ਗਏ ਹੋ ਵਤਨ ਦਾ ਨਾਮ ਆਏ ਰਾਤ ਰੋ ਕੇ ਆਦੇ ਹਰਾਮੀ ਕਿਹੜਾ ਵਤਨ ਕਹਿੰਦਾ ਵਤਨ ਯਜ਼ੀਦ ਆਦੇ ਮਦੀਨਾ ਸੀਅਦ ਆਦੇ ਮਦੀਨਾ ਤਾਂ ਮੇਰਾ ਵਤਨ ਨਹੀਂ ਆਦੇ ਤੇਰਾ ਕਿਹੜਾ ਵਤਨ ਹੈ ਇਨਸ਼ਾਅੱਲਾ ਜੁਮਲਾ ਮੈਂ ਪੜਾਂ ਤਾਂ ਮੋਮਨ ਬਰਦਾਸ਼ਤ ਕਰੇ ਨਾ ਹੌਲੇ ਹੌਲੇ ਆਦੇ ਹਰਾਮੀ ਨਾ ਹੋਆ ਤੇਰੀ ਸ਼ਾਨ ਨਾਲ ਮਿਜ਼ਾਜ ਹੀ ਹੋਣਾ ਵਾਹ ਭਾਈ ਵਾਹ ਭਾਈ ਬਸ ਇਹੋ ਆਖਰੀ ਜੁਮਲਾ ਤੇ ਬਹਿਣ ਸ਼ੁਰੂ ਆਦੇ ਮੈਂ ਤੇਰੀਆਂ ਕਹਿੰਦਾ ਰਿਹਾ ਕਰੇ ਨਾ ਤੂੰ ਵਤਨ ਵੱਲ ਵਾ ਕਹਿੰਦਾ ਛੁੱਟਣ ਦਾ ਨਾਂ ਹੈ ਨਾ ਜੁਮਲਾ ਫਕਤ ਆਪਣੀਆਂ ਮਾਵਾਂ ਬਹਿਣਾਂ ਦੇ ਹਿੱਸੇ ਦਾ ਸੱਜਾਦ ਦੀ ਰੱਤ ਵੱਧ ਗਈ ਯਜ਼ੀਦ ਆਦੇ ਜੱਟਾਂ ਹੀ ਢਹਿ ਕਹਿਦੀ ਦੀ ਕੈਦ ਛੁੱਟੇ ਕਹਿਦੀ ਤਾਂ ਖੁਸ਼ ਹੋ ਦਿਨ ਤੇਰੀ ਰਾਤ ਕਿਉਂ ਵੱਧ ਗਈ ਪਤਾ ਨਹੀਂ ਕਹਿੰਦੇ ਪਾਸੇ ਨਾਲ ਰਾਤ ਰੋਣ ਵਾਲਾ ਇਮਾਮ ਆਇਆ ਬੈਠੋ ਹੋਵੇ ਸੈਯਦਾ ਦੇ ਹਰਾਮੀ ਮੇਰੇ ਵਜ਼ੀਰ ਲਹੇ ਨੇ ਤਾਂ ਮੈਨੂੰ ਬਹਿਣ ਸਕੀਨਾ ਦੀ ਕਬਰ ਤੇ ਲੈ ਮੈਂ ਉਹਦੀ ਕਬਰ ਤੇ ਰਹਿਣਾ ਹਾਂ ਨਾ ਲਾ ਕੇ ਅੱਛਾ ਨੇਟ ਪੁੱਛਦੀਆਂ ਨੇ ਉੱਠੀ ਜਾਗ ਮੇਰੀਆਂ ਕਹਿਦਾ ਛੋੜ ਸਦਕੇ ਸਦਕੇ ਮਲਾਉਣੇ ਆਤ ਫਕਤ ਮਾਤਮ ਵਾਸਤੇ ਨਾ ਬਨਣ ਵਾਸਤੇ ਲੋ ਜਿਹੜੇ
آزمان کے بچ رات چھوڑا جوڑیا بڑا پن شام دی ملکہ اور یاد رکھے جلدی اور زادری دا جوڑ دئی آتے نے میریاں قیدا چھوڑے نے تے مینوں بہن سکینہ دی قبر تے لے جا چھٹ گئی قیدا پونے دو سال دے بعد دوویں کیوں پتہ لے دا ٹر پئے جویں جو دروازے تے کھڑوتی ائی نا موسن ہے توحید کیوں پتہ نو لے دا ٹر دا دکھ سے ایک کاٹھے نو نو سیرا جا رہی ہے ماتم سونے لگتے میرے اللہ راضی ہے تیرا دین مطلب اپنے اپنے مطالبے رو میری امید زیادہ بیٹھے بیٹھے ہو جتنے بندے کر کے قدم تے گئے استقلال دی ملکہ ٹھڈا سا بھر کے پیا دی سجاد تیرے تزنیر لے گئے انہاں پردے داراں دے کون لے گئے بولو یار بزرگ پڑھتے ہوں کہ رسی ایک آئی گل نہ ہوا تو سڑی آئے گی سجا کی رات بد گئی رات رو گیا پہلے کہ لہاج ساڈے در پہ قرآن لانا دکھا تھوڑیا بنیا آئے گی رات رو والا مہر کر کے کہ لہاو بیبیا گے آدھے لہاؤ جہی شام دے بازار چادی آئی نہ مارو رے موبالے آئی دہرا جوانی چڑیا پر چلا گئی آما ہوں کہتے لہا بیبیا گے آدھے لہا جنا زندہ تلاش سے گھوڑے بج گئے رات واد پی اللہ گوایا سمان والے پاس نہیں تلے منہ کر گیا میرے اللہ پیو پاس ہوئے دیا چادر کئی آخ میرے دور ولے کئی آخ میرا تاج ولے ایک بیبی ہے جیڑی ساریا تو لہدا بہ کے قبر بنائی بیٹھی ہے آ کے تھر گئے سوال کر دن رات واندھی ہوئی دیکھیے آدھی سجاد رات واد گئی رات کوئی نوے بابا آ میں ہر کوئی مدار بن کھوائے تو سی کو لکھو ہر دماغ قبر کھول گئی ہے جناب امداد حسین ابو ذری صاحب ذکر محمد والے محبت سنائیں گے 10 اپریل کو شہر میں گومل سی ہیں